ਜਾਂ ਮੇਰਾ ਮਾਲਕ ਹਰ ਇਸ ਪਾਸ ਖੁਸ਼ੀ ਨੂੰ ਆਪਣੀ ਬਾਰਗਾਹ ਦੇ ਵਿੱਚ ਕਬੂਲ ਤੇ ਮਨਜ਼ੂਰ ਫਰਮਾ ਰਹੀਮ ਤੇ ਰਹਿਮਾਨ ਅੱਲਾਹ ਜਿਤਨੇ ਅਜ਼ਾਦਾਰ ਇਸ ਪਾਸ ਸਫ਼ੇ ਟੁਰਾਇਆ ਮਾਲਕ ਸਾਰੇ ਦਾ ਟੁਰਾਇਆ ਆਪਣੀ ਬਾਰਗਾਹ ਦੇ ਵਿੱਚ ਕਬੂਲ ਤੇ ਮਨਜ਼ੂਰ ਫਰਮਾ ਇਸ ਪਾਕ ਆਮਦ ਦਾ ਸਦਕਾ ਮਾਲਕ ਜਿਤਨੇ ਬੇਔਲਾਦ ਨੇ ਉਹਨਾਂ ਨੂੰ ਔਲਾਦੇ ਨਰੀਨਾ ਅਤਾ ਫਰਮਾ ਮਾਲਕ ਜਿਨ੍ਹਾਂ ਕੋਲ ਰਿਸਕ ਨੇ ਉਹਨਾਂ ਨੂੰ ਰਿਸਕ ਅਤਾ ਫਰਮਾ ਰਹੀਮ ਤੇ ਰਹਿਮਾਨ ਅੱਲਾਹ ਇਸ ਪਾਕ ਆਮਦ ਦਾ ਸਦਕਾ ਜਿਤਨੇ ਬਿਮਾਰ ਨੇ ਉਹਨਾਂ ਨੂੰ ਸ਼ਿਫਾ ਕੁੱਲੀ ਅਤਾ ਫਰਮਾ ਰਹੀਮ ਤੇ ਰਹਿਮਾਨ ਅੱਲਾਹ ਮੁਮਿਨੀਨ ਦੀਆਂ ਪਰੇਸ਼ਾਨੀਆਂ ਦੂਰ ਫਰਮਾ ਜਿਹਦਾ ਜਿਹਦਾ ਦਿਲ ਹੈ ਮਾਲਕ ਦਾ ਜ਼ਹੂਰ ਜਲਦ ਹੋ ਜਾਵੇ ਸੋਹਣੀ ਜ਼ੁਬਾਨ ਨਾਲ ਸੋਹਣੀ ਆਵਾਜ਼ ਨਾਲ ਸੋਹਣੇ ਅੰਦਾਜ਼ ਨਾਲ ਸੋਹਣੀ ਸਲਵਾਤ ਹੈ ਜੀ ਜਾਜ਼ ਨੌਕਰੀ ਬਾਅਦ ਸ਼ੁਰੂ ਕੀਤੇ ਨੇ ਤਮਾਮ ਮੁਮਿਨੀਨ ਜਿਹਨੇ ਦਾਦਾ ਟੋਏ ਨੇ ਤੁਹਾਨੂੰ ਸਾਰਿਆਂ ਨੂੰ ਨਾਸਰ ਬਾਸ ਹੈਦਰੀ ਤਰਫੋਂ ਜਸ਼ਨ ਮੁਬਾਰਕ ਯਾ ਅਲੀ ਮਦਦ ਲਓ ਜੀ ਕੋਈ ਵੱਡਾ ਦਾਖਲ ਬਣ ਗਿਆ ਨਹੀਂ ਅਦਨਾ ਜਿਹਾ ਤਾਲਬ ਇਲਮ ਮੁਹੱਬਤ ਦੀ ਹਸੀਅਤ ਦੇ ਨਾਲ ਬਜ਼ੁਰਗਾਂ ਅਤੇ ਭਾਈਆਂ ਦੇ ਅੱਗੇ ਹਾਜ਼ਰ ਹਾਂ ਕੋਈ ਵੱਡਾ ਜ਼ਾਕਿਰ ਇਸ ਵਾਸਤੇ ਬਣ ਕੇ ਨਹੀਂ ਕਿਉਂਕਿ ਜਿਨ੍ਹਾਂ ਦੇ ਜ਼ਾਕਿਰ ਦਾ ਨਾਂ ਹੋਵੇ ਅੱਲਾਹ ਬਿਸਮਿਲ੍ਲਾ ਕਰਾਂ ਜਿਨ੍ਹਾਂ ਦੇ ਜ਼ਾਕਿਰ ਦਾ ਨਾਂ ਹੋਵੇ ਅੱਲਾਹ ਜਿਨ੍ਹਾਂ ਦੇ ਕਸੀਦੇ ਦਾ ਨਾਂ ਹੋਵੇ ਕੁਰਾਨ ਜਿਹੜੇ ਬੈਠੇ ਟੁੱਟੇ ਗਏ ਜਿਨ੍ਹਾਂ ਦੇ ਵਿਹੜੇ ਦੇ ਰਸਮ ਰਿਵਾਜ ਦਾ ਨਾਂ ਸ਼ਰੀਅਤ ਜਿਨ੍ਹਾਂ ਦੇ ਘਰ ਦੇ ਝਾੜੂ ਦਾ ਨਾਂ ਯੁਤਾਹਿਰਾ ਕੁਮ ਤਤਹੀਰਾ ਜਿਨ੍ਹਾਂ ਦੀ ਤਹਿਲੀਲ ਦੇ ਬਰਤਨ ਧੋਣ ਵਾਲੇ ਦਾ ਨਾਂ ਹੈ ਜਨਾਬੇ ਫਿਜ਼ਾ ਸਰਕਾਰੇ ਲੋਦੀ ਕੁਝ ਬੰਦੇ ਬੋਲਦੇ ਨੇ ਉਹਨਾਂ ਵਾਸਤੇ ਜੁਮਲਾ ਸਰਕਾਰੇ ਸਲਮਾਨ ਅਲੀ ਬਾਦਸ਼ਾਹ ਦੇ ਕੋਲ ਬੈਠੇ ਅਲੀ ਬਾਦਸ਼ਾਹ ਦੀ ਮੁਹੱਬਤ ਦੀ ਜਿਤਨਾ ਮਸ਼ਗੂਲ ਹੋ ਗਏ ਜੋ ਅਲੀ ਬਾਦਸ਼ਾਹ ਕੋਲੋਂ ਪੁੱਛਦੇ ਨੇ ਮੌਲਾ ਇਹ ਦੱਸੋ ਮੈਂ ਸਲਮਾਨ ਕੌਣ ਆ ਮੌਲਾ ਇਹ ਦੱਸੋ ਬੋਲ ਸਾਰੇ ਬੋਲ ਸੋ ਮੌਲਾ ਇਹ ਦੱਸੋ ਮੈਂ ਸਲਮਾਨ ਬੋਲੋ ਕੌਣ ਆ ਸਰਕਾਰ ਫਰਮਾਉਂਦੇ ਨੇ ਸੁਣ ਸਲਮਾਨ ਤੂੰ ਉਹ ਹੈ ਜਿਹੜਾ ਆਪਣੇ ਪੈਰ ਦੀ ਠੋਕਰ ਮਾਰੇ ਤੇ ਕਈ ਜ਼ਮਾਨੇ ਬਣਾ ਦੇਵੇ ਮੈਂ ਬਿਸਮਿਲ੍ਲਾ ਕਰ ਰਿਹਾ ਹਾਂ ਹੱਥਾਂ ਨੂੰ ਸਲਾਮ ਹੈ ਬਾਦ ਸਿੱਧਾ ਵਾਦਾ ਲੇਕਿਨ ਸਲਮਾਨ ਗੱਲ ਲੱਗੇ ਸਾਰੇ ਬੋਲ ਸੋ ਸਲਮਾਨ ਤੂੰ ਹੈ ਜਿਹੜਾ ਆਪਣੇ ਪੈਰ ਦੀ ਠੋਕਰ ਮਾਰੇ ਤੇ ਬੋਲੋ ਕਈ ਜ਼ਮਾਨੇ ਬਣਾ ਦੇਵੇ ਜਦਾ ਕਹਿੰਦਾ ਸਲਮਾਨ ਤੂੰ ਆਪਣੇ ਪੈਰ ਦੀ ਠੋਕਰ ਮਾਰੇ ਤੇ ਕਈ ਜ਼ਮਾਨੇ ਬਣਾ ਦੇਵੇ ਮੇਰੀ ਸੈਣ ਫਿਰਦਾ ਨੇ ਦਰਵਾਜ਼ੇ ਦੇ ਅੰਦਰ ਗੱਲ ਸੁਣ ਲਈ ਮੇਰੀ ਸੈਣ ਫਰਮਾਉਂਦੇ ਨੇ ਮੌਲਾ ਅਗਰ ਸਲਮਾਨ ਦਹਿਲੀਜ਼ ਤੋਂ ਬਾਹਰ ਰਹਿ ਕੇ ਇਸ ਸਦਮਤ ਦਾ ਮਾਲਕ ਹੈ ਜਿਹੜੀ ਮੈਂ ਦਹਿਲੀਜ਼ ਦੇ ਅੰਦਰ ਹਾਂ ਮੈਂ ਕਿਸ ਸਦਮਤ ਦੀ ਮਾਲਕ ਹਾਂ ਜਿਹੜੀ ਮੈਂ ਦਹਿਲੀਜ਼ ਸਾਰੇ ਬੋਲ ਸੋ ਗੱਲ ਜੇ ਕੇ ਮੈਂ ਕਿਸ ਦਹਿਲੀਜ਼ ਦੀ ਮਾਲਕ ਹਾਂ ਮੈਂ ਕਿਸ ਫਜ਼ੀਲਤ ਦੀ ਮਾਲਕ ਹਾਂ ਜਿਹੜੀ ਮੈਂ ਦਹਿਲੀਜ਼ ਦੇ ਅੰਦਰ ਹਾਂ ਸਲਮਾਨ ਦਹਿਲੀਜ਼ ਤੋਂ ਬਾਹਰ ਹੈ ਤੇ ਆਪਣੇ ਪੈਰ ਦੀ ਠੋਕਰ ਮਾਰੇ ਤੇ ਕਈ ਜ਼ਮਾਨੇ ਬਣਾ ਸਕਦਾ ਤੇ ਮੈਂ ਜਿਹੜੀ ਦਹਿਲੀਜ਼ ਦੇ ਅੰਦਰ ਹਾਂ ਮੈਂ ਮਸਨ ਦੇ ਸਜਦਾ ਸਜਾਉਂਦੀ ਹਾਂ ਹਸਨੈਨ ਨੂੰ ਖਾਣੇ ਖਿਮਾਉਂਦੀ ਹਾਂ ਇਹ ਮੈਂ ਕਿਸ ਮਸਕਤ ਦੀ ਮਾਲਕ ਹਾਂ ਸਰਕਾਰ ਹੁਸੈਨ ਬਾਦਸ਼ਾਹ ਦੇ ਪਾਕ ਪਾਕ ਮੁਸਕਰਾ ਕੇ ਫਰਮਾਉਂਦੇ ਨੇ ਸੁਣ ਫਿੱਤਾ ਅਗਰ ਸਲਮਾਨ ਆਪਣੇ ਪੈਰ ਦੀ ਠੋਕਰ ਮਾਰੇ ਤੇ ਕਈ ਜ਼ਮਾਨੇ ਬਣਾ ਸਕਦਾ ਨਾ ਸੁਣ ਫਿੱਤਾ ਤੂੰ ਇਸ ਸਦਮਤ ਦੀ ਮਾਲਕ ਹੈ ਤੂੰ ਆਪਣੇ ਪੈਰ ਦੀ ਠੋਕਰ ਮਾਰੇ ਤੇ ਕਈ ਸਲਮਾਨ ਬਣਾ ਦੇਵੇ ਇਹਨਾਂ ਦੇ ਨੌਕਰਾਂ ਦੀ ਫਜ਼ੀਲਤ ਅਸੀਂ ਕਿੰਨਾ ਪੜ੍ਹੀ ਅਸੀਂ ਇਹਨਾਂ ਦੇ ਨੌਕਰਾਂ ਦੀ ਫਜ਼ੀਲਤ ਪੜ੍ਹੀ ਇਹਨਾਂ ਮੁਕਦੀ ਨਹੀਂ ਅਲੀ ਬਾਦਸ਼ਾਹ ਨੂੰ ਅਸੀਂ ਕੀ ਪੜ੍ਹ ਸਕਦੇ ਹਾਂ ਸਾਡੀ ਕੀ ਮਜਾਜ਼ ਅਸੀਂ ਬੋਲ ਅਸੀਂ ਉਹਨਾਂ ਦੇ ਨੌਕਰਾਂ ਦੀ ਫਜ਼ੀਲਤ ਨਹੀਂ ਪੜ੍ਹ ਸਕਦੇ ਜੋ ਲੇਬਰ ਨੇ ਮਜ਼ਾਹਿਰ ਹੋਇਆ ਸਲਮਾਨ ਅਬੂ ਜ਼ਰ ਜਿਹਨਾਂ ਬੰਦੇ ਤਵੱਜੋ ਮੇਰੇ ਪਾਸੇ ਜੋ ਲੇਬਰ ਨੇ ਮਜ਼ਾਹਿਰ ਹੋ ਜਾਂ ਸਲਮਾਨ ਅਬੂ ਜ਼ਰ ਮਤ ਪੁੱਛੀਏ ਹੈ ਕੌਣ ਔਰ ਕਿਆ ਢੂੰਡ ਰਹੇ ਹੈ ਕਸਰੇ ਅਬੂ ਤਾਲਬ ਕੀ ਗੁਲਾਮੀ ਕਾ ਅਸਰ ਸੇ ਸਜੂਦ ਕੇ ਸਜਦੋਂ ਮੇ ਖੁਦਾ ਢੂੰਡ ਰਹੇ ਕੁਝ ਲੋਕ ਆਏ ਜਨਾਬੇ ਕਮਲ ਕੁਝ ਲੋਕ ਆਏ ਜਨਾਬੇ ਕਮਲ ਜਨਾਬੇ ਕੰਬਰ ਦੀ ਡਿਊਟੀ ਕੀ ਆਈ ਅਲੀ ਬਾਦਸ਼ਾਹ ਦੇ ਰਾਵਾਲ ਦੇ ਘੋੜੇ ਦੇ ਸੁੰਭ ਸਾਫ ਕਰਨਾ ਆਪਣੀ ਪੱਗ ਲਾ ਕੇ ਅਲੀ ਬਾਦਸ਼ਾਹ ਦੇ ਰਾਵਾਲ ਦੇ ਸੁੰਭ ਸਾਫ ਕਰਨਾ ਇਹ ਡਿਊਟੀ ਆਈ ਜਨਾਬੇ ਕੰਬਰ ਦੀ ਕੁਝ ਲੋਕ ਗੁਜ਼ਰੇ ਉਹਨਾਂ ਕਿਹਾ ਕੰਬਰ ਅਸਾ ਦਰਾਜ਼ ਹੋ ਗਿਆ ਸਾਨੂੰ ਇੱਥੋਂ ਗੁਜ਼ਰਨੇ ਆ ਅਸੀਂ ਮੌਲਾ ਕੋਲ
ਦੇ ਅਸਤਬਲ ਵਿੱਚ ਜਾ ਕੇ ਬਹਿੰਦੇ ਹਾਂ ਤੇ ਤੇਰੇ ਸਾਡੇ ਤੱਕ ਪਹੁੰਚਦੀਏ। ਅਸੀਂ ਤੈਨੂੰ ਕਹਿੰਦੇ ਹਾਂ ਤੂੰ ਆਪਣੀ ਪੱਗ ਲਾ ਕੇ ਇਹਦੀ ਬਾਦਸ਼ਾਹ ਦੇ ਰਾਹਾਂ ਤੇ ਸੁੰਘ ਸਾਫ਼ ਕਰਨਾ ਹੈ। ਇਹ ਦੱਸਾਂ ਇਹ ਅਮਲ ਕਰਨ ਦੇ ਬਾਅਦ ਤੇ ਲੱਭਾ ਕੀ ਹੈ, ਇਹ ਅਮਲ ਕਰਨ ਦੇ ਬਾਅਦ ਤੇ ਲੱਭਾ ਕੀ ਹੈ? ਸਰਕਾਰ ਫਰਮਾਉਂਦੇ ਨੇ ਹੋਰ ਮੈਨੂੰ ਕੀ ਚਾਹੀਦਾ? ਕੁਨ ਕਹਿ ਕੇ ਜਗਾ ਸਕਦਾ ਹੂੰ ਮਰਦੋਂ ਕੇ ਬਦਲ ਸੇ, ਕੁਨ ਕਹਿ ਕੇ ਜਗਾ ਸਕਦਾ ਹੂੰ। ਸ਼ਾਇਰੀ ਤੁਸਾਂ ਅੱਗੇ ਵੀ ਬੜੀ ਸੁਣੀ ਸਰ ਜਾਣਾ, ਕੁਨ ਕਹਿ ਕੇ ਜਗਾ ਸਕਦਾ ਹੂੰ ਮਰਦੋਂ ਕੋ ਕਬਰ ਸੇ, ਆਲੇ ਅਬੂ ਤਾਲਬ ਕਾ ਅਲਮ ਚੂਕ ਰਹਾ ਹੂੰ, ਔਰ ਇੱਕ ਪੈਗੰਬਰ ਮੁਝੇ ਦੇਤਾ ਹੈ ਸਲਾਮੀ, ਮੌਲਾ ਕੀ ਸਵਾਰੀ ਕੇ ਕਦਮ ਚੂਮ ਰਹਾ। ਇਹਨਾਂ ਹੱਥਾਂ ਨੂੰ ਸਲਾਮ ਹੈ, ਇਹਨਾਂ ਹੱਥਾਂ ਨੂੰ ਸਲਾਮ ਹੈ। ਮੈਂ ਬਿਸਮਿਲਲਾ ਕਰਾਂ, ਆਖਰੀ ਹਾਲਾਤ ਤੱਕ ਜੁਗਤ ਨਾਲ ਬੋਲੋ ਹੈ ਮੇਰੀ, ਮੈਂ ਬਿਸਮਿਲਲਾ ਕਰਾਂ, ਮੌਲਾ ਕੀ ਸਵਾਰੀ ਕੇ ਕਦਮ ਚੂਮ ਰਹਾ ਹੂੰ, ਮੌਲਾ ਕੀ ਸਵਾਰੀ ਕੇ ਕਦਮ ਚੂਮ ਰਹਾ ਹੂੰ। ਕੁਝ ਲੋਕ ਕੁਝ ਤਾਜਰ ਆਏ ਅਲੀ ਬਾਦਸ਼ਾਹ, ਉਹਨਾਂ ਆਖਿਆ ਮੌਲਾ ਅਸੀਂ ਚੱਲੇ ਹਾਂ ਤਜਾਰਤ ਵਾਸਤੇ ਸਮੁੰਦਰ ਦੇ ਰਸਤੇ। ਕਿੱਥੇ ਚੱਲੇ ਹਾਂ? ਤੋ ਜੋ ਐਸਾ ਰਹਿੰਦੇ ਮੇਰੇ ਪਾਸ ਮੌਲਾ, ਅਸੀਂ ਚੱਲੇ ਹਾਂ ਤਜਾਰਤ ਵਾਸਤੇ ਸਮੁੰਦਰ ਦੇ। ਮੌਲਾ ਅਗਰ ਸਮੁੰਦਰ ਚ ਕੋਈ ਤੁਗੀਆਂ ਨਹੀਂ ਆ ਜਾਵੇ ਤੇ ਮੁਸ਼ਕਲ ਹੋਵੇ ਤੇ ਮੁਸ਼ਕਲ ਚ ਪੁਕਾਰੀਏ ਤੁਸੀਂ ਆਵੇ ਸੋ, ਇਵੇਂ ਹੱਥ ਮਾਰ ਕੇ ਆਉਂਦੇ ਨਾ, ਮੁਸ਼ਕਲ ਕੁਸ਼ਾ ਹੋ ਤੁਮ ਮੇਰੀ ਮੁਸ਼ਕਿਲ ਕੋ ਟਾਲ ਦੋ, ਮੁਸ਼ਕਿਲ ਕੁਸ਼ਾ ਹੋ ਤੁਮ ਮੇਰੀ ਮੁਸ਼ਕਿਲ ਕੋ ਟਾਲ ਦੋ, ਚਾਹੋ ਤੋ ਸਮੁੰਦਰ ਕੋ ਵੀ ਕੂਜ਼ੇ ਮੇ ਡਾਲ ਦੋ, ਚਾਹੋ ਤੋ ਸਮੁੰਦਰ ਕੋ ਵੀ ਕੂਜ਼ੇ ਮੇ ਡਾਲ ਦੋ। ਬੋਲਾ ਕੰਬਰ ਤੇ ਤੋ ਨੈਣ ਯਾਦ ਨਾ ਡੁੱਟੀ ਕਿਆ ਹੈ, ਸਰਕਾਰ ਦੇ ਘੋੜੇ ਦੇ ਰਹਿਵਾਲ ਦੇ ਸੁਮ ਸਾਫ ਕਰਨਾ। ਮੁਸ਼ਕਿਲ ਕੁਸ਼ਾ ਹੋ ਤੁਮ ਮੇਰੀ ਮੁਸ਼ਕਿਲ ਕੋ ਟਾਲ ਦੋ, ਚਾਹੋ ਤੋ ਸਮੁੰਦਰ ਕੋ ਵੀ ਕੂਜ਼ੇ ਮੇ ਡਾਲ ਦੋ। ਸਰਕਾਰੇ ਅਲੀ ਬਾਦਸ਼ਾਹ ਫਰਮਾਉਂਦੇ ਨੇ, ਕਿਉਂ ਬੁਲਾਤੇ ਹੋ ਮੁਸ਼ਕਿਲ ਮੈਂ ਮੁਝੇ ਕੰਬਲ ਕਾ ਨਾਮ ਲਿਖ ਕੇ ਸਮੁੰਦਰ ਮੇ ਡਾਲ। ਇਹਨਾਂ ਹੱਥਾਂ ਨੂੰ ਸਲਾਮ ਹੈ, ਇਹਨਾਂ ਹੱਥਾਂ ਨੂੰ ਸਲਾਮ ਹੈ, ਬਿਸਮਿਲਲਾ ਕਰਾਂ। ਬੜੇ ਨਾਲ ਲੈ ਜੇ ਮੈਂ ਤਾਂ ਕਹਿੰਦਾ ਤੂੰ ਮੇਰੀ ਵਾਰੀ ਤਾਂ ਨਾ ਨਾ ਬਦਲ ਦੇ। ਮਾਹੌਲ ਬਣਾ, ਇੱਕ ਜੁਮਲਾ ਮੈਂ ਪੜ੍ਹਾਂ। ਸਰਕਾਰੇ ਹਸਨ ਮੁਸਤਫਾ ਕੋਲੋਂ ਕਿਸੇ ਨੇ ਪੁੱਛਿਆ, ਮੌਲਾ ਤੁਹਾਨੂੰ ਹਸਨ ਅਮੀਰ ਕਿਉਂ ਆਖਿਆ ਜਾਂਦਾ ਹੈ? ਇਹ ਜੁਮਲਾ ਆ ਕੇ ਮੈਂ ਕਸੀਦਾ ਪੜ੍ਹਨਾ ਚਾਹੁੰਦਾ, ਮੌਲਾ ਤੁਹਾਨੂੰ ਹਸਨ ਅਮੀਰ ਕਿਉਂ ਆਖਿਆ ਜਾਂਦਾ? ਦਸਤਰ ਖਾਨ ਇਸ ਵਾਸਤੇ ਆਖਿਆ ਜਾਂਦਾ, ਮਾਂ ਫਾਤਿਮਾ ਬੋਲੋ ਨਾ ਯਾਰ, ਇਸ ਵਾਸਤੇ ਆਖਿਆ ਜਾਂਦਾ ਹੈ, ਬਾਬਾ ਅਲੀ ਇਸ ਵਾਸਤੇ ਆਖਿਆ ਜਾਂਦਾ ਹੈ, ਨਾਨਾ ਮੁਸਤਫਾ ਇਸ ਵਾਸਤੇ ਆਖਿਆ ਜਾਂਦਾ, ਮੌਲਾ ਤੁਹਾਨੂੰ ਹਸਨ ਅਮੀਰ ਕਿਉਂ ਆਖਿਆ ਜਾਂਦਾ ਹੈ? ਸਰਕਾਰੇ ਹੁਸੈਨ ਬਾਦਸ਼ਾਹ ਦੇ ਪਾਕ ਬਿਰਾ ਆਖਿਆ, ਕਮਰ ਦੀਆਂ ਕੰਧਾਂ ਤੱਕ ਯਾਦ ਰੱਖਣਾ, ਇਹ ਲੋਕ ਮੈਨੂੰ ਹਸਨ ਅਮੀਰ ਇਸ ਵਾਸਤੇ ਆਂਦੇ ਮੇਰੇ ਵੀਰ ਦਾ ਨਾਮ ਹੁਸੈਨ ਹੈ। ਮੈਂ ਬਿਸਮਿਲਲਾ ਕਰਾਂ, ਇਹਨਾਂ ਹੱਥਾਂ ਨੂੰ ਸਲਾਮ ਹੈ, ਪਾਕ ਸਹਿਦਾ ਵਾਦਾ ਰੱਖਣ, ਮੇਰੇ ਵੀਰ ਦਾ ਨਾਮ ਹੁਸੈਨ ਹੈ। ਕਰਬਲਾ ਦਾ ਮੈਦਾਨ, ਉਮਰ ਸਾਹਿਬ ਸ਼ਿਮਰ ਹੁਣ ਮੇਲਾ ਆਖੋ ਲਾਨਤ ਹੋਵੇ, ਇਹ ਤਰੇਵੇਂ ਕਰੀਬ ਹੈ। ਸਰਕਾਰ ਹੁਸੈਨ ਬਾਦਸ਼ਾਹ ਚੋਲੀ ਜਿਨ੍ਹਾਂ ਵਿੱਚ ਜੋਨ ਦਾ ਸਰ ਇਹਨੇ ਦੋ ਦਿਸ ਇਹ ਤਰੇਵੇਂ ਕਰੀਬ ਹੈ। ਉਹਨਾਂ ਕਿਹਾ ਹੁਸੈਨ ਤੇ ਨੂੰ ਕਿਹੜੀ ਗੱਲ ਤੇ ਮਾਣ ਹੈ? ਇੱਥੇ 9 ਲੱਖ, ਇੱਥੇ 72, ਇੱਥੇ ਦੌਲਤ, ਇੱਥੇ ਭੋਕੇ ਪਿਆਸ ਹੈ, ਇੱਥੇ ਨੂੰ ਕਿਹੜੀ ਗੱਲ ਤੇ ਮਾਣ ਹੈ? ਤੇਰੀ ਫੌਜ ਹੈ 72, ਗੱਲ ਸੁਣਨਾ ਜਿਤਨੇ ਦਾ ਦਾਲ ਚਿੜੀਆਂ ਦਾੜੀਆਂ ਵਾਲੇ ਬੈਠੇ ਹੋ, ਤੇਰੀ ਫੌਜ ਹੈ 72 ਜਿਨ੍ਹਾਂ ਵਿੱਚ ਬੱਚੇ ਵੀ ਨੇ, ਇੱਥੇ 9 ਲੱਖ, ਤੇਰੀ ਫੌਜ 72 ਜਿਨ੍ਹਾਂ ਵਿੱਚ ਕੋਈ ਬੱਚੇ ਵੀ ਨੇ, ਕੁਝ ਬੁੱਢੇ ਨੇ, ਹਬੀਬ ਇਬਨੇ ਮੁਜ਼ਾਹਿਰ ਲਟਕੇ ਹੋਏ ਕਮਰ, ਇਹ ਕੁਝ ਬੱਚੇ ਨੇ, ਕੁਝ ਬੁੱਢੇ ਨੇ, ਤੈਨੂੰ ਕਿਹੜੀ ਗੱਲ ਤੇ ਮਾਣ ਹੈ? ਇਹ ਕਿਹੜੀ ਗੱਲ ਤੇ ਮਾਣ ਹੈ? ਕਿਹੜੀ ਗੱਲ ਤੇ ਮਾਣ ਹੈ? ਜੋਨ ਇਹ ਤੇਰੀ ਗੋਦ ਜ਼ਖਮੀ ਹੈ, ਤੇਰੀ ਕਿਹੜੀ ਗੱਲ ਤੇ ਮਾਣ ਹੈ? ਸਰਕਾਰ ਫਰਮਾਉਂਦੇ ਨੇ, ਖਬਰਦਾਰ ਬੰਦੇ ਨੂੰ ਪਹਿਚਾਣ ਕੇ ਜਿਤਨੇ ਵੀ ਜ਼ਖਮ ਕਹਿ ਰਹੇ ਹੈ ਸਕੂਨ ਸੇ ਆਹ ਨਾ ਬਦਲੇ ਤੋ ਮੈਂ ਹੁਸੈਨ ਨਹੀਂ। ਇਹਨਾਂ ਹੱਥਾਂ ਨੂੰ ਸਲਾਮ ਪਾਕ ਸਿੱਧਾ ਬੰਦੇ ਬੰਦੇ ਨੂੰ ਪਹਿਚਾਣ ਕੇ ਜਿਤਨੇ ਵੀ ਜ਼ਖਮ ਕਹਿ ਰਹੇ ਹੈ ਸਕੂਨ ਸੇ ਆਹ ਨਾ ਬਦਲੇ ਤੋ ਮੈਂ ਹੁਸੈਨ ਨਹੀਂ। ਸਰਕਾਰ ਫਰਮਾਉਂਦੇ ਨੇ, ਮੇਰੇ ਹਬੀਬ ਕੇ ਅਬਰੂ ਕੀ ਇੱਕ ਜੁਮਲੇ ਸੇ ਫੁਰਾਤ ਰਾਹ ਨਾ ਬਦਲੇ ਤੋ ਮੈਂ ਹੁਸੈਨ ਨਹੀਂ। ਆਪਣੇ ਇਲਾਕੇ
ਸੈਯਦਾਦਾ ਸਾਰੇ ਸੈਯਦ ਕਾਲ ਤੋਂ ਗਿਆ ਤੇ ਜੇ ਐਵੇਂ ਪਾਸੇ ਹੁੰਦਾ ਤੇ ਜ਼ਾਕਰ ਭਾਵੇਂ ਨਿੱਕਾ ਹੋਵੇ ਤੇ ਭਾਵੇਂ ਵੱਡਾ ਹੋਵੇ ਖਾਸਾ ਤੇ ਆਪਣਾ ਆਪਣਾ ਹੁੰਦਾ ਇਹਨਾਂ ਮਾਲਕ ਉਸ ਨੂੰ ਖੈਰਾਤ ਆਪਣੇ ਹਿੱਸੇ ਦੀ ਉਹਨੂੰ ਦੇਣੀ ਹੁੰਦੀ ਤੇ ਮੇਰੇ ਹਿੱਸੇ ਦੀ ਖੈਰਾਤ ਮੈਨੂੰ ਲੱਭ ਗਈ ਚਿਹਰੇ ਪਰ ਸੇ ਲੋ ਜੀ ਇੱਕ ਸੋਹਣੀ ਸਲਾਵਾਤ ਪੜ੍ਹੋ ਮੈਂ ਜਨਾਬ ਨੂੰ ਕਸੀਦਾ ਸੁਣਾਵਾਂ ਲਗਾ ਹੈ
ਸੁਣਨਾ ਨਹੀਂ, ਇੱਕ ਥੋੜੀ ਸਲਵਾਤ ਪੜ੍ਹ ਮੈਂ ਜਨਾਬ ਆਪਣੇ ਕਵਰ ਕਸੀ ਕਰ ਇੱਕ ਹੋਰ ਸੋਹਣੀ ਸਲਵਾਤ ਪੜ੍ਹ ਮੈਂ ਜਨਾਬ because
ਆਸ਼ੀਰਵਾਦ ਹੋ ਸਕੇ ਸਭਨਾਂ ਦਾ। ਲੋ ਜੀ ਇੱਕ ਪੰਦਰਾਂ ਸ਼ਬਦ ਦੇ ਹਵਾਲੇ ਨਾਲ ਇੱਕੋ ਸ਼ੇਰ ਹੈ ਜਦ ਕਰੇ ਉਤਾਰ ਬੈਠੇ ਮੈਂ ਮੁਤਮਿਨ ਖੜਾ ਮੈਂ ਮੁਤਮਿਨ ਖੜਾ ਮੇਰੇ ਹਿੱਸੇ ਮੈਨੂੰ ਖੈਰਾਤ ਲੱਗ ਗਈ ਇੱਕ ਬਾਰ ਮੈਂ ਆਕਾ ਦੇ ਸੋਹਣੀ ਦੀ ਸਲਵਾਤ ਪੜ੍ਹ ਕੇ ਜਨਾਬ ਨੂੰ ਕਿਸੇ ਪਾਸੇ ਕਿਸਕੀ ਖਾਤਿਰ ਤੁਭੀ ਤੱਕ ਹੈ ਛੁਪਾ ਪਰਦੇ ਮੇਂ। ਇੱਕ ਸਵਾਲ ਕਰੇ ਮੈਂ ਬਿਸਮਿਲਲਾ ਕਰਾਂ ਕਿਸਕੀ ਖਾਤਿਰ ਤੁਭੀ ਤੱਕ ਹੈ ਛੁਪਾ ਬਦਲ ਜਾਏ ਕਹੀਂ
ملائکی سے جبریل
So much.